മസീ വെച്ച് പ്യാരെ പ്രാവത്ത പേണോ സാരിയാനും ജയേശു മസി ഏക പാക്ക് ഹഫ്താ ഹെ ഏക പ്രാർത്ഥനാ ദാ ഖാസ് സമാ ഹെ അജ് ദി അഞ്ചീൽ ഇസ് തരാ ഹെ പ്രഭു യേശു ദാ ബദനിയാ വെച്ച് അഭിഷേക് ഉസ് സമയ യഹൂദാസ് കറിയാത്തി ജോ യേശുനു ഫടോൺ വാലീ സി ബോലിയാ ਇਹ ਅੱਤਰ 300 ਦਿਨਾਰ ਵਿੱਚ ਵੇਚ ਕੇ ਗਰੀਬਾਂ ਵਿੱਚ ਕਿਉਂ ਨਾ ਵੰਡਿਆ ਜਾਵੇ ਯੇਸ਼ੂ ਨੇ ਉਸਨੂੰ ਕਿਹਾ ਰਹਿਣ ਦੀਆਂ ਗਰੀਬ ਤਾਂ ਸਦਾ ਤੁਹਾਡੇ ਨਾਲ ਹਨ ਪਰ ਮੈਂ ਤੁਹਾਡੇ ਨਾਲ ਸਦਾ ਨਹੀਂ ਰਹਾਂਗਾ ਜਦੋਂ ਮੈਂ ਇਹ ਵਚਨ ਪੜ੍ਹ ਰਿਹਾ ਸੀ ਮੈਂ ਇਸ ਵਚਨ ਦਾ ਅਨੁਭਵ ਆਪਣੇ ਦਿਲ ਵਿੱਚ ਕੀਤਾ ਕਿਉਂਕਿ 2020 ਸਾਲ ਸਾਡੇ ਕੈਥੋਲਿਕ ਕਲੀਸੀਆ ਵਿੱਚ ਈਸਟਰ 'ਤੇ ਔਰ ਸਾਰੇ ਰੀਤ ਰਿਵਾਜ ਮਨਾਉਣ ਲਈ ਕੋਈ ਮੁਸ਼ਕਿਲ ਨਹੀਂ ਸੀ ਲੇਕਿਨ ਇਸ ਸਾਲ ਅਸੀਂ ਇਹ ਸਭ ਇਕੱਠੇ ਨਹੀਂ ਮਨਾ ਸਕਦੇ ਸੋ ਇਸ ਪਾਕ ਹਫ਼ਤੇ ਵਿੱਚ ਸਾਨੂੰ ਖੁਦਾ ਦੇ ਨਾਲ ਜੁੜੇ ਰਹਿਣ ਲਈ ਜ਼ਿਆਦਾ ਤੋਂ ਜ਼ਿਆਦਾ ਪ੍ਰਾਰਥਨਾ ਕਰਨ ਦੀ ਜ਼ਰੂਰਤ ਹੈ ਮੇਰੇ ਪਿਆਰੇ ਭੈਣੋ ਅਤੇ ਭਰਾਓ ਅਤੇ ਬੱਚਿਓ ਇਹਨਾਂ ਦਿਨਾਂ ਵਿੱਚ ਆਪਣਾ ਇਹ ਪਾਕ ਹਫ਼ਤਾ ਵਿੱਚ ਅਸੀਂ ਖਾਸ ਕਰਕੇ ਯੋਹਨਾਨ ਦੀ ਅੰਜੀਲ 11 12 13 ਅਤੇ 14 ਅਧਿਆਇ ਪੜ੍ਹੋ ਧਿਆਨ ਦੇ ਨਾਲ ਪੜ੍ਹੋ ਫਿਰ ਕੋਰੋਨਾ ਵਾਇਰਸ ਦਾ ਸਾਹਮਣਾ ਕਰਨ ਲਈ ਆਪਣੇ ਘਰ ਵਿੱਚ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਉੱਚੀ ਆਵਾਜ਼ ਨਾਲ ਜ਼ਬੂਰ ਨੰਬਰ 91 91 ਪੜ੍ਹੋ ਖੁਦਾ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ